ਜ਼ੁਬੇਰ ਅਹਿਮਦ ਦਾ ਨੋਵੇਲੇਟ ਹੈ ਪਾਣੀ ਦੀ ਕੰਧ ਜਲੰਧਰੋਂ ਪ੍ਰਕਾਸ਼ ਮੈਨੂੰ ਅੰਮ੍ਰਿਤਸਰ ਛੱਡ ਗਿਆ ਬੁੱਢਾ ਚੰਡੀਗੜੀ ਮਿਲਣ ਪੜ ਗਿਆ ਸੀ ਫਿਰ ਅਸੀਂ ਅੱਜ ਸਵੇਰੇ ਚੰਡੀਗੜ੍ਹੋਂ ਵਸ ਤੋਂ ਜਲੰਧਰ ਅਪੜੇ ਤੇ ਉਹਦੇ ਘਰ ਦੁਪਹਿਰ ਦੀ ਰੋਟੀ ਖਾਧੀ ਤੇ ਮੋੜੋ ਮੈਨੂੰ ਆਪਣੇ ਪੁੱਤਰ ਦੀ ਗੱਡੀ ਤੇ ਅੰਮ੍ਰਿਤਸਰ ਛੱਡ ਗਿਆ ਅੰਮ੍ਰਿਤਸਰ ਪਹਿਲਾਂ ਹੀ ਮੇਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ 'ਚ ਬੁਕਿੰਗ ਸੀ ਹੋਈ ਪਈ ਸ਼ਹਿਰ ਤੋਂ ਭੋਰਾ ਖਰੇ ਪਰਾਂ ਯੂਨੀਵਰਸਿਟੀ ਤਾਂ ਸੋਹਣੀ ਹੈ ਹੀ ਸੀ ਗੈਸਟ ਹਾਊਸ ਇਤੋਂ ਵੀ ਵੱਧ ਸੋਹਣਾ ਵੱਡੇ ਵੱਡੇ ਕਮਰੇ ਤੇ ਮੇਰਾ ਕਮਰਾ ਸੀ ਦੂਜੀ ਮੰਜ਼ਲੇ ਤੇ ਲੱਕੜ ਦੀਆਂ ਪੌੜੀਆਂ ਮੈਂ ਲੋਹੜੀ ਦੇ ਦਿਹਾੜ ਮਗਰੋਂ ਹਿੰਦ ਯਾਤਰਾ ਕਰਨ ਪੜਿਆ ਸਾਂ ਤੇ ਰੁੱਤ ਸੀ ਸਿਆਲ ਦੀ ਚੰਡੀਗੜ੍ਹੋਂ ਮੇਰੇ ਸਾਡੇ ਨਾਲ ਹੀ ਅੰਬਰਸਰ ਆਇਆ ਜਲੰਧਰ ਬੁੱਢਰੇ ਨੇ ਮੈਨੂੰ ਘਰੋਂ ਰੋਟੀ ਵੀ ਖਵਾਈ ਤੇ ਨਾਲੇ ਵੀ ਦੱਸਿਆ ਪੀਏ ਦੀ ਤੀਵੀ ਨੂੰ ਨਹੀਂ ਪਤਾ ਤੂੰ ਲਾਹੌਰੋਂ ਆਇਆ ਨਹੀਂ ਤਾਂ ਉਸ ਤੈਨੂੰ ਰੋਟੀ ਤਾਂ ਕੀ ਪੁੱਛਣੀ ਸੀ ਘਰ ਵੀ ਨ ਵੜੰਦੰਦੀ ਬੁੜੀ ਸ਼ੁੱਧੀ ਨੂੰ ਮੰਨਣ ਮੰਨਣ ਵਾਲੀ ਏ ਜਾਤ ਪਾਤ ਦੀ ਪੱਕੀ ਤੇ ਫਿਰ ਮੇਰੇ ਵੱਲ ਵੇਖ ਸ਼ਰਾਰਤੀ ਹਾਸਾ ਹੱਸਿਆ ਜੋ ਉਹਦੀ ਖਾਸ ਪਹਿਚਾਨ ਸੀ ਮੈਂ ਉਹਦੇ ਘਰੋਂ ਰੋਟੀ ਨਾ ਖਾਧੀ ਸਗੋ ਸਾਰਾ ਘਰ ਫਿਰਦੇ ਰਹੇ ਪਰ ਪੱਕੀ ਪਲੀਤੀ ਮੁਰਚੇ ਤੇ ਨਾ ਆਈ ਬੁੱਢਰੇ ਮੈਨੂੰ ਲੋਢੇ ਵੇਲੇ ਕੋਲ ਗੈਸਟ ਹਾਊਸ ਛੱਡਿਆ ਰਾਹ ਵਿੱਚ ਅਸਾਂ ਟਾਬੇ ਤੋਂ ਚਾਹ ਵੀ ਪੀਤੀ ਬੁੱਢਰਾ ਤੇ ਮੇਰਾ ਕਮਰਾ ਵੇਖਣ ਵੀ ਨਾ ਆਇਆ ਆਖਣ ਲੱਗਾ ਜਲੰਧਰ ਪਰਤਣਾ ਹੀ ਪੁੱਤਰ ਵੀ ਸੀ ਨਾਲ ਅੰਮਰਸਰ 2-3 ਦਿਨਾਂ ਪਿੱਛੋਂ ਮੈਂ ਵਾਗਿਆ ਲਾਹੌਰ ਪਰਤ ਜਾਣਾ ਸੀ ਤੇ ਇੱਥੇ ਆਇਆਂ ਨੂੰ 10-12 ਦਿਨ ਮੈਨੂੰ ਹੋ ਗਏ ਹੋਣੇ ਇੱਕ ਹਫਤਾ ਦਿੱਲੀ ਤੇ ਕੁਝ ਦਿਹਾੜੇ ਚੰਡੀਗੜ੍ਹ ਆਇਆ ਤਸਾਂ ਕੁਝ ਸੰਗੀਤਕਾਰਾਂ ਨਾਲ ਪਰ ਮੈਂ ਆਪੂ ਐਵੇਂ ਸ਼ਾਇਰ ਜਿਹਾ ਉਦੋਂ ਨਵੀਂ-ਨਵੀਂ ਕੁਝ ਖੁੱਲ ਮਿਲੀ ਸੀ ਸਾਡੇ ਪੰਜਾਬ ਦਾ ਵੱਡਾ ਵਜ਼ੀਰ ਵੀ ਨਵੇਂ-ਨਵੇਂ ਨਵਾਂ ਨਵਾਂ ਚੜ੍ਹਦੇ ਪੰਜਾਬ ਆਇਆ ਸੀ ਤੇ ਥਾਂ-ਥਾਂ ਇਹਦੇ ਤੇ ਚੜ੍ਹਦੇ ਪੰਜਾਬ ਦੇ ਵੱਡੇ ਵਜ਼ੀਰ ਦੇ ਨਾਲੋਂ ਨਾਲ ਪੋਰਟਰੇਟ ਲੱਗੇ ਹੋਏ ਸਨ ਬੁੱਢਾ ਜਾਂਦਾ ਜਾਂਦਾ ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੀ ਹੈੱਡ ਪ੍ਰੋਫੈਸਰ ਰਾਣੀ ਬਾਰੇ ਮੁਖੌਲ ਕਰ ਤੁਰ ਗਿਆ ਉਹ ਖੇਡਾਂ ਲਿਖਦੀ ਵੀ ਏ ਤੇ ਖੇਡਾਂ ਕਰਦੀ ਵੀ ਏ ਪ੍ਰੋਫੈਸਰ ਰਾਣੀ ਬਾਰੇ ਦੱਸਦੇ ਤੇ ਮੇਰੇ ਵੱਲ ਵੇਖਦੇ ਉਹ ਮਲਕੜੇ ਮੁਸੇਆ ਜਾਂਦੇ ਉਸ ਕੁਟਕੇ ਜੱਫੀ ਪਾਈ ਤੇ ਮੈਨੂੰ ਭਾਵੁਕ ਤੇ ਉਦਾਸ ਕਰ ਦਿੱਤਾ। ਅੱਜ ਤੀਜਾ ਦਿਨ ਸੀ ਸਾਨੂੰ ਇਕੱਠਿਆਂ ਫਿਰਦਿਆਂ ਨੂੰ ਤੇ ਇੱਕ ਪਲ ਨੂੰ ਉਹ ਮਹਿਸੂਸ ਵੀ ਲਿਆ ਤੇ ਮੈਨੂੰ ਅਚਨ ਚੇਤ ਯੂਨੀਵਰਸਿਟੀ ਦੇ ਗੈਸਟ ਹਾਊਸ ਦੇ ਬਾਹਰ ਬਣੇ ਗੈਰਾਜ ਛੇਟ ਲਾ ਕੇ ਛੇਤੀ ਦੇਣੀ ਆਪਣੇ ਪੁੱਤਰ ਦੀ ਕਾਰ 'ਚ ਹੱਥ ਹਿਲਾਏ ਬਿਨਾਂ ਗਾਇਬ ਹੋ ਗਿਆ। ਉਹਨੂੰ ਪਤਾ ਸੀ ਮੇਰਾ ਹਾਂ ਭਰਿਆ ਪਿਆ ਸੀ। ਬੁੱਢਰੇ ਨਾਲ ਮੇਰੀ ਕੋਈ ਬਹੁਤੀ ਯਾਰੀ ਨਹੀਂ ਸੀ। ਮੈਂ ਤਾਂ ਉਹਨੂੰ ਜਾਣਦਾ ਵੀ ਨਹੀਂ ਸੀ। ਪਰ ਲੰਧਨ ਆਇਆ ਕੋਈ ਸ਼ਾਇਰ ਸਾਨੂੰ ਲਾਹੌਰ ਠੱਕਰ ਪਿਆ ਤੇ ਉਹ ਪਿੱਛੋਂ ਜਲੰਧਰ ਦਾ ਹੈ ਵੀ ਪਰ ਹੁਣ ਚਿਰਾਂ ਤੋਂ ਲੰਧਨ ਰਹਿੰਦਾ ਸੀ ਹੋਟਲੋਂ ਮੁੜ ਦੂਜੇ ਦਿਨ ਇੱਕ ਬੇਲੀ ਵਾਲਾ ਟੁੱਕਿਆ ਤੇ ਅਸੀਂ ਉਸ ਦੀ ਕੁਝ ਵਾਹ ਵਾਈ ਸੇਵਾ ਕਰ ਦਿੱਤੀ ਚੰਗਾ ਲਾਹੌਰ ਫਿਰ ਆਇਆ ਉਹ ਬੁੱਢਰੇ ਦਾ ਯਾਰ ਸੀ ਪਰ ਮੇਰੇ ਕੋਲ ਜਲੰਧਰ ਦਾ ਵੀਜ਼ਾ ਨਾ ਹੋਵੇ ਤੇ ਮੈਂ ਬੁੱਢਰੇ ਨੂੰ ਦਿੱਲੀੋਂ ਫੋਨ ਕੀਤਾ ਉਹ ਸਾਖਿਆ ਕੋਈ ਨਾ ਮੈਂ ਚੰਡੀਗੜ੍ਹ ਆ ਜਾਂਗਾ ਦੋ ਦਿਨ ਘੰਟੇ ਦਾ ਤੇ ਰਾਏ ਤੇਰੇ ਨਾਲ ਰਵਾਂਗਾ ਫੇਰਾਂਗੇ ਜਨਾਨੀਆਂ ਨੂੰ ਮਿਲਾਂਗੇ ਉਹਦੇ ਦੋ ਦਿਨ ਜਨਾਨੀ ਲਿਖਾਰੀਆਂ ਦੇ ਨਾਂ ਲੈ ਤੇ ਖਤਰਾ ਹੱਸਾ ਹੱਸਿਆ ਤੇ ਮੈਨੂੰ ਬਲਾਂ ਹਾਰੀ ਲੱਗਾ ਬੁੱਢਰਾ ਬੜਾ ਮਸ਼ਹੂਰ ਕਹਾਣੀਕਾਰ ਸੀ ਪਰ ਮੈਨੂੰ ਪਤਾ ਹੀ ਨਹੀਂ ਸੀ ਉਹ ਵਰਜਿਤ ਰਿਸ਼ਤਿਆਂ ਦੀਆਂ ਕਹਾਣੀਆਂ ਲਿਖਦਾ ਸੀ ਸਾਡੀਆਂ ਉਮਰਾਂ ਵਿੱਚ ਵੀ ਪੰਜੀ ਵਰਿਆਂ ਦੀ ਵਿਤ ਹੁੰਦੀਆਂ ਸਾਡਾ ਗੂੜ ਹੋ ਗਿਆ ਤੇ ਜਦ ਦਾ ਮੈਂ ਹਿੰਦੁਸਤਾਨ ਆਇਆ ਸਾਂ ਮੇਰਾ ਹਾਂ ਭਰਿਆ ਪਿਆ ਸੀ ਆਇਆ ਮੈਂ ਇਕੱਲਾ ਸਾਂ ਪਰ ਆਪਣੇ ਨਾਲ ਮਾਂ ਦੀਆਂ ਢੇਰ ਗੱਲਾਂ ਬਟਾਲੇ ਪੀਰਾਂ ਬਾਗ ਗੁਰਦਾਸਪੁਰ ਦੀਆਂ ਨਾਲ ਹੀ ਲਿਆਇਆ ਸਾਂ ਬਟਾਲੇ ਦਾ ਮੇਰਾ ਪਿਓ ਤੇ ਸ਼ਹਿਰ ਗੁਰਦਾਸਪੁਰ ਨੇੜੇ ਪੀਰਾਂ ਬਾਗ ਪਿੰਡ ਸੀ ਮਾਂ ਦਾ ਇੱਕ ਉਹ ਗੁਰਦਾਸਪੁਰ ਤੇ ਬਟਾਲਾ ਜੋ ਵੇਖਣ ਜਾਣਾ ਸੀ ਤੇ ਇੱਕ ਉਹ ਜੋ ਮਾਂ ਨਾਲ ਤੋਰ ਦਿੱਤਾ ਕੱਲ ਮੈਂ ਬਟਾਲੇ ਆਪਣੇ ਮਾਪਿਆਂ ਦਾ ਘਰ ਵੇਖਣ ਜਾਣਾ ਸੀ ਪਰ ਅਜੇ ਤੱਕ ਕੋਈ ਸਬਬ ਨਹੀਂ ਸੀ ਬਣਦਾ ਪਿਆ ਮੈਂ ਸੋਚੀ ਪਿਆ ਗੇਸਟ ਹਾਊਸ ਦੇ ਬਾਹਰ ਹੀ ਢੰਘ ਖਲਾਸਾ ਤੇ ਗੈਸਟ ਹਾਊਸ ਦੇ ਵੱਡੇ ਗੇਟ ਤੋਂ ਬਾਹਰ ਕੁਝ ਥਾਂ ਖੁੱਲੀ ਸੀ ਤੇ 2-4 ਕਦਮਾਂ ਤੇ ਮੁੜ ਇੱਕ ਵੱਡਾ ਗੈਰਾਜ ਸੀ ਜਿੱਥੇ ਉਹ ਖੜਾ ਸੀ ਤੇ ਮੈਨੂੰ ਕਾਰ ਤੋਂ ਉਤਰਦੇ ਨੂੰ ਵੇਖਦਾ ਪਿਆ ਸੀ ਮੀ ਕਿਰਨਮ ਕਿਰਨੀ ਪੈਣ ਲੱਗ ਪਿਆ ਦੀਗਰ ਵੇਲਾ ਸੀ ਪਰ ਸਵਾਰ ਕੇ ਸੋਹਣਾ ਸਾਵਾ ਕਾ ਜਿਵੇਂ ਕਿਸੇ ਜਮੇ ਉੱਤੇ ਬਿਠਾ ਦਿੱਤਾ ਹੋਵੇ ਮਾਗ ਅਖੀਰੀ ਕੰਡਿਆਂ ਤੇ ਧੁੱਪ ਲੱਗੇ ਤਾਂ ਜਰੀ ਵੀ ਤ੍ਰਿਕੀ ਹਵਾ ਕੋਲੇ ਤਾਂ ਫੱਗਣ ਦਾ ਖਿਆਲ ਆਵੇ। ਉੱਚਾ ਬਦੇ ਮੇਰੇ ਕੋਲ ਲੱਪੜਿਆ, ਉੱਚਾ ਲੰਮਾ ਕੱਦ ਬੁੱਤ, ਚਟੀਆਂ ਦਾੜੀ ਮੁੱਛਾਂ ਕੱਸ ਕੇ ਬੰਨੀ ਪੱਗ ਤੇ ਸਾਫ ਸੁਥਰੀ ਵਰਦੀ। ਜੁੱਸੇ ਤੋਂ ਚੁਸਤ ਚੌਕਸ ਲੱਗੇ ਪਿਆ ਪਰ ਉਮਰ ਆਪਣਾ ਲੇਖਾ ਵੀ ਕੀਤੀ ਬੈਠੀ ਹੋਵੇ। ਮੈਂ ਸਮਝ ਗਿਆ ਉਹ ਗੈਸਟ ਹਾਊਸ ਦਾ ਚੌਕੀਦਾਰ ਏ ਤੇ ਰਿਟਾਇਰ ਫੌਜੀ ਹੋਣਾ। ਉਹਦੇ ਮੁਖ ਦੀ ਗੰਭੀਰਤਾ ਤੇ ਤ੍ਰਿਕੀਆਂ ਲਾਲ ਅੱਖਾਂ ਤੋਂ ਡਰ ਗਿਆ ਵੀ ਲੱਗਾ। ਉਹਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਆਖਿਆ ਤੁਸੀਂ ਅੰਦਰ ਸਾਹਮਣੇ ਕਾਊਂਟਰ ਤੇ ਚਲੇ ਜਾਓ ਤੇ ਆਪੇ ਤੁਹਾਡਾ ਸਮਾਨ ਕਮਰੇ ਲੈ ਜਾਵਣਗੇ ਮੇਰਾ ਸਮਾਨ ਤਾਂ ਬਹੁਤਾ ਨਹੀਂ ਸੀ ਪਰ ਮੈਂ ਢੇਰ ਕਿਤਾਬਾਂ ਇਕੱਠੀਆਂ ਕਰ ਲਈਆਂ ਹੋਵਣ ਤੇ ਕੁਝ ਮੈਨੂੰ ਤੋਹਫੇ ਵਜੋਂ ਵੀ ਮਿਲੀਆਂ ਤੇ ਮੈਨੂੰ ਗੈਸਟ ਹਾਊਸ ਦੇ ਨਕਸ਼ੇ ਦੀ ਵੀ ਸਮਝ ਨਾ ਆਈ ਪਲੰਗੇਟ ਨਾਲ ਇੰਨੀ ਵਿਤ ਖਾਲੀ ਛੱਡ ਕੇ ਗਿਰਾਜ ਬਣਾਉਣ ਦੀ ਕੀ ਤੁਕ ਸਮਾਨ ਛੱਡਮੀ ਤੋਂ ਬਚਦਾ ਹੌਲੀ ਨਸ ਗੈਸਟ ਹਾਊਸ ਅੰਦਰ ਵੜਿਆ ਤੇ ਵੱਡੇ ਹਾਲ 'ਚ ਕੋਈ ਜੀ ਨਾ ਹੋਵੇ ਅੰਦਰ ਵੱੜਦਿਆਂ ਨਾਲ ਹੀ ਕੁਰਸੀਆਂ ਮੇਜ਼ਾਂ ਪਈਆਂ ਸਨ ਇੱਕ ਪਾਸੇ ਇੱਕ ਨਿੱਕਾ ਕਮਰਾ ਜਿਹੜਾ ਰਿਸੈਪਸ਼ਨ ਰੂਮ ਲੱਗੇ ਉੱਥੇ ਇੱਕ ਬੰਦਾ ਸ਼ੀਸ਼ੇ ਚੋਂ ਮੈਨੂੰ ਵੇਖ ਝਟ ਬਾਹਰ ਆਇਆ ਤੇ ਉੱਚੀ ਮੇਰਾ ਨਾਮ ਬੁਲਾਇਆ ਤੇ ਪਾਕਿਸਤਾਨ ਦਾ ਨਾਮ ਲਿਆ ਜਿਹੜਾ ਮੈਨੂੰ ਲੱਗਾ ਗੈਰਾਜ ਖਲੋਤੇ ਨੇ ਵੀ ਸੁਣ ਲਿਆ ਹੋਣਾ ਕਿਉਂ ਜੇ ਉਹ ਇੱਕਦਮ ਚੱਕਨਾ ਹੋ ਗਿਆ ਸੀ ਯੂਨੀਵਰਸਿਟੀ ਮੁਲਾਜ਼ਮ ਅੰਦਰੋਂ ਮੁੜ ਕਮਰੇ ਚ ਜਾ ਕੇ ਚਾਬੀ ਲਿਆਇਆ ਤੇ ਮੈਨੂੰ ਆਪਣੇ ਪਿੱਛੇ ਪਿੱਛੇ ਆਉਣ ਦੀ ਸਹਿਨਤ ਕੀਤੀ ਅਸੀਂ ਲੱਕੜ ਦੀਆਂ ਪੌੜੀਆਂ ਝੜ ਇੱਕ ਕਮਰੇ ਸਾਹਮਣੇ ਰੁਕੇ ਇਹ ਕਮਰਾ ਹੈ ਆਪਕਾ ਚਾਬੀਆਂ ਆਪਕੇ ਪਾਸ ਰਹेंगी ਕਿਸੇ ਚੀਜ਼ ਦੀ ਜ਼ਰੂਰਤ ਹੋ ਹਮੇ ਆਰਡਰ ਦੇ ਮੈਂ ਜ਼ਿਆਦਾ ਪੁੱਛਿਆ ਫਿਰ ਫੋਨ ਦਾ ਅਜੇ ਮੋਬਾਈਲ ਨਹੀਂ ਆਏ ਸਨ ਫੋਨ ਤੋਂ ਆਪਕੋ نیچے ਆਕਰ ਕਰਨਾ ਹੋਗਾ ਠੀਕ ਹੈ ਮੈਂ ਥੱਲੇ ਚਾ ਪੀਆਗਾ ਮੈਂ ਪੰਜਾਬੀ ਚ ਗੱਲ ਕਰ ਰਿਹਾ ਸਾਂ ਤੇ ਉਹ ਹਿੰਦੀ ਚ ਜਵਾਬ ਦਿੰਦਾ ਪਿਆ ਸੀ ਸੀ ਵੀ ਉਹ ਪੂਰਬੀਆ ਜਿਨ੍ਹਾਂ ਦੀਆਂ ਪੰਜਾਬ ਚ ਵਸਣ ਦੀਆਂ ਕਹਾਣੀਆਂ ਮੈਂ ਸੁਣਦਾ ਆ ਰਿਹਾ ਸਾਂ ਸਭ ਪਾਕਿਸਤਾਨੀ ਉਰਦੂ ਬੋਲਦੇ ਹਨ ਮੇਰੇ ਪੰਜਾਬੀ ਚ ਗੱਲ ਕਰੀ ਜਾਣ ਉਤੇ ਉਸ ਲਾਮਾ ਜਿਆ ਦਿੱਤਾ ਮੈਂ ਕਮਰੇ ਚ ਆਪਣੀਆਂ ਸ਼ੈਵਾਂ ਨੂੰ ਥਾਂ ਟਿਕਾਣੇ ਧਰਿਆ ਤੇ ਮੂੰਹ ਹੱਤੋਂ ਉਹ ਆ ਬੰਦ ਕਰ ਥੱਲੇ ਆ ਗਿਆ ਮੀ ਓਲਿਓ ਜਿਵੇਂ ਰਾਤ ਚੋਰਾਹਾਰ ਆਈ ਤੇ ਹਨੇਰੇ ਦੀ ਚਾਦਰ ਹਰ ਸ਼ੈ ਉਤੇ ਪਾ ਕੇ ਸਭ ਲਕਾਉਂਦੀ ਗਈ ਬਹੁ ਮਲਕੜੀ ਹਵਾ ਕਾ ਉਤੇ ਡਰੇ ਡਰੇ ਪੈਰ ਰੱਖਦੀ ਵਗਦੀ ਰਹੀ ਥੱਲੇ ਡਾਈਨਿੰਗ ਹਾਲ ਬੰਦ ਪਰ ਬੂਏ ਦੇ ਨਾਲ ਕੁਝ ਕੁਰਸੀਆਂ ਤੇ ਮੇਜ਼ਾਂ ਪਈਆਂ ਹੋਵਨ। ਇੱਕ ਥਾਂ ਇੱਕ ਤਰ੍ਹਾਂ ਦੀ ਰਿਸੈਪਸ਼ਨ ਨਾਲ ਜੁੜੀ ਸੀ। ਹਾਲ ਵਿੱਚ ਹਨੇਰਾ ਤੇ ਇਹੋ ਥਾਂ ਸੀ ਚਾਨਣ। ਬੂਏ ਤੋਂ ਬਾਹਰ ਖਾਲੀ ਥਾਂ ਤੋਂ ਅਗਾਉਂ ਬੈਠਾ ਸੀ ਤੇ ਮੈਨੂੰ ਵੇਖ ਇੱਕਦਮ ਖੜਾ ਹੋ ਗਿਆ। ਮੈਂ ਰਿਸੈਪਸ਼ਨ ਦੇ ਨਾਲ ਜੁੜੀ ਬਾਹਰਲੀ ਥਾਂ ਹੀ ਬਹਿ ਗਿਆ ਤੇ ਸ਼ੀਸ਼ੇ ਤੋਂ ਅੰਦਰ ਝਾਕਿਆ। ਕਮਰਾ ਖਾਲੀ ਸੀ। ਮੈਂ ਸੋਫੇ ਉੱਤੇ ਬੈ ਉਹ ਦੇਖਣ ਲੱਗ ਪਿਆ। ਮੂੰਹ ਮੇਰਾ ਬਾਹਰ ਵਾਲ ਸੀ। ਉਦੇ ਤੇ ਮੇਰੇ ਵਿਚਕਾਰ ਹੌਲੇ ਜੇ ਮੀਂਹ ਦੀ ਕੰਧ ਬਣ ਗਈ। ਗੈਰਾਜ ਵਿੱਚ ਚਾਨਣ ਪਰ ਸਾਡੇ ਵਿਚਕਾਰ ਖਾਲੀ ਥਾਂ ਅੱਧਾ ਚਾਨਣ ਅੱਧਾ ਹਨੇਰੇ 'ਚ ਸੀ। ਜਿਸ ਪਾਰੋਂ ਮੀਂਹ ਸ਼ੀਸ਼ਾ ਜਿਹਾ ਬਣ ਗਿਆ ਸੀ ਤੇ ਮੀਂਹ ਤੋਂ ਪਾਰ ਉਹਦੀਆਂ ਅੱਖਾਂ ਕਦੀ ਦਿਖਦੀਆਂ ਲਿਸ਼ਕਦੀਆਂ ਤੇ ਕਦੀ ਤੁੰਦਲਾ ਆ ਜਾਂਦੀਆਂ। ਘਾਜ ਸਿੰਮ ਦੀ ਮੀਂਹ ਦੀ ਆਵਾਜ਼ ਹਵਾ ਦਾ ਗੀਤ ਸੁਣਾਵੇ ਪਈ। ਮੁਲਾਜ਼ਮ ਚਾਹ ਲੈ ਆਇਆ। ਮੈਂ ਫੋਨ ਦਾ ਪੁੱਛਿਆ। ਉਸ ਸ਼ੀਸ਼ੇ ਦੇ ਕਮਰੇ ਦੇ ਕਿਪਾਸੇ ਕਾਊਂਟਰ ਵੱਲ ਸਹਨਦ ਕੀਤੀ। ਜਿੱਥੇ ਫੋਨ ਬਾਹਰ ਕਾਊਂਟਰ ਉੱਤੇ ਪਿਆ ਸੀ ਮੈਂ ਚਾਹ ਪੁੱਲ ਫੋਨ ਦੀ ਟੱਲੀ ਖੜਕਾਈ ਹਰਮਿੰਦਰ ਨੂੰ ਫੋਨ ਕੀਤਾ ਹਰਮਿੰਦਰ ਮੈਨੂੰ ਲਾਹੌਰ ਮਿਲਿਆ ਸੀ ਕਿਸੇ ਮੁਸ਼ਾਇਰੇ ਵਿੱਚ ਤੇ ਮure ਇੱਕ ਥਾਂ ਇਕੱਠੇ ਵੀ ਹੋਏ ਪਾਰਟੀ ਵਿੱਚ ਫੋਨ ਵੀ ਵਟਾਏ ਤੇ ਮੈਨੂੰ ਦੱਸਿਆ ਸੀ ਮੇਰੇ ਮਾਪੇ ਗੁਰਦਾਸਪੁਰ ਤੋਂ ਨੇ ਤੇ ਮੈਨੂੰ ਉੱਥੇ ਆਪਣੇ ਪੁਰਖਿਆਂ ਦੀ ਥਾਂ ਜਾਵਣ ਦਾ ਬੜਾ ਚਾਅ ਏ ਉਸਕੇ ਆਸੀ ਤੂੰ ਜਦ ਵੀ ਆਇਓ ਮੈਨੂੰ ਗੁਰਦਾਸ ਤੈਨੂੰ ਗੁਰਦਾਸਪੁਰ ਦੀ ਫੇਰੀ ਲਵਾ ਦਏਗਾ ਮੈਂ ਚੰਡੀਗੜੀ ਉਹਨੂੰ ਆਪਣੇ ਆਉਣ ਦਾ ਦੱਸ ਦਿੱਤਾ ਸੀ ਤੇ ਉਹਨੂੰ ਚਾਹ ਚੜ ਗਿਆ ਸੀ ਫੋਨ ਉਹਨੇ ਉਸੇ ਵੇਲੇ ਚੁੱਕ ਲਿਆ ਤੇ ਆਖਿਆ ਮੈਂ ਤਿਆਰ ਹੋਵਾਂ ਉਹ ਛੇਤੀ ਅੱਪੜ ਦਾ ਪਿਆਏ ਤਿਆਰ ਮੈਂ ਕੀ ਹੋਣਾ ਸੀ ਮੈਂ ਉੱਥੇ ਬੈ ਉਹਨੂੰ ਡਿੱਕਣ ਲੱਗਾ ਦੋ ਚਾਰ ਫੋਨ ਮੈਂ ਹੋਰ ਵੀ ਕੀਤੇ ਮੀਂਹ ਕੁਝ ਤ੍ਰਿਕਾ ਹੋਇਆ ਤੇ ਗੈਰਾਜ ਵਿੱਚ ਨਜ਼ਰ ਆਂਦਾ ਉਹ ਭਿੱਜਿਆ ਜਾਪੇ ਹੋਰ ਧੁੰਦਲਾ ਹੋ ਗਿਆ ਸੀ ਉਹਦਾ ਦਿਸਣਾ ਕਮਰੇ 'ਚ ਜਾਂਦੇ ਨਿਮੇ ਨਿਮੇ ਚਾਨਣ 'ਚ ਮੀਂਹ ਚ ਤਾਰੇ ਜੇ ਬਣਦੇ ਸਨ ਚਾਨਣ ਤੁਰਦਾ ਤਿਲ ਕਦਾਲਿਸ਼ ਕਦਾ ਭੇਤ ਭਰਿਆ ਦਿਸੇ ਪਿਆ ਬਟਾਲਾ ਇੱਥੋਂ ਕਿੰਨੇ ਨੇੜੇ ਹੈ ਕਹਿੰਦੇ 1 ਘੰਟੇ ਦਾ ਰਾਹ ਮਾਂ ਦੀ ਇੱਕ ਗੱਲ ਮੈਨੂੰ ਖਾ ਗਈ ਸੀ ਉਹ ਸੁਣਾਵਣਾ ਤੇਰਾ ਨਾਨਾ ਕਹਿੰਦਾ ਹੁੰਦਾ ਸੀ ਤੁਸੀਂ ਸੱਤ ਭਰਾ ਸੋ ਸਾਰੇ ਟਬਰਾਂ ਸਣੇ ਖੀਰੀ ਲੋਹਾਰ ਰੱਪੜ ਗਏ ਇਹ ਮੇਰੇ ਚਾਚਿਆਂ ਦੀ ਗੱਲ ਸੀ ਤੇ ਮੇਰਾ ਇੱਕੋ ਪੁੱਤਰ ਸੀ ਉਹ ਵੀ ਪਰ ਮੇਰਾ ਦਾਦਕਾ ਤਾਂ ਸਾਰਾ ਬਟਾਲੇ ਦਾ ਸੀ ਮਾਂ ਵੀ ਬਟਾਲੇ ਆਈ ਹੋਈ ਸੀ ਆਪਣੇ ਮਾਸੀ ਕੋਲ ਜਿਹੜੀ ਮੇਰੀ ਦਾਦੀ ਸੀ ਤੇ ਮੇਰੀ ਦਾਦੀ ਤੇ ਨਾਨੀ ਸਖੀਆਂ ਭੈਣਾ ਸਨ ਤੇ ਉਸ ਔਖੇ ਵੇਲੇ ਸਬੱਬੀ ਵਟਾਲੇ ਹੋਵਣ ਪਰੋਂ ਉਹ ਵੀ ਸਾਰਿਆਂ ਨਾਲ ਆ ਗਈ। ਮੇਰਾ ਇੱਕ ਚਾਚਾ ਲਾਟਸਾਪ ਦੇ ਦਫਤਰ ਲਾਹੌਰ ਕਲਰਕ ਸੀ। ਤਾਇਆ ਵੀ ਚੰਗੀ ਨੌਕਰੀ ਕਰਦਾ ਸੀ। ਪਿਓ ਮੇਰਾ ਤੇ ਦੋ ਹੋਰ ਚਾਚੇ ਬਿਜਲੀ ਦੇ ਵਿਭਾਗ ਵਿੱਚ ਸਨ। ਲਾਟਸਾਪ ਵਾਲਾ ਚਾਚਾ ਕਿਰਾਏ ਉੱਤੇ ਟਰੱਕ ਲੈ। ਸਣੇ ਗਾੜਾ ਸਾਰੇ ਭਰਾਵਾਂ ਨੂੰ ਟੱਬਰਾਂ ਸਣੇ ਲੈ ਆਇਆ ਸੀ। ਪਰ ਮੇਰਾ ਨਾਨਾ ਤੇ ਇੱਕ ਮਾਮਾ ਗੁਰਦਾਸਪੁਰ ਸ਼ਹਿਰ ਨੇੜੇ ਮੇਰੇ ਨਾਨਕਿਆਂ ਦੇ ਪਿੰਡ ਪੀਰਾ ਬਾਗ ਰਹਿ ਗਏ। ਮਾਂ ਕੱਲੀ ਜੀ ਸੀ ਆਪਣੇ ਸਾਰੇ ਟੱਬਰ ਦੀ ਨਾ ਕੋਈ ਭੈਣ ਭਰਾ ਮਾਪੇ ਬਸ ਖੌਂਦ ਸੀ ਤੇ ਉਹ ਵੀ ਜਵਾਨੀ 'ਚ ਚਲਾ ਗਿਆ ਤੇ ਨਿੱਕੇ ਨਿੱਕੇ ਪਿੱਛੇ ਛੱਡ ਗਿਆ। ਹਰਮਿੰਦਰ ਅਜੇ ਆਇਆ ਨਹੀਂ ਸੀ। ਮੈਂ ਯਾਦਾਂ 'ਚੋਂ ਬਾਹਰ ਆਉਣ ਦਾ ਤਰਲਾ ਕੀਤਾ ਤੇ ਇੱਕ ਹੋਰ ਚਾਹ ਦਾ ਕਹਿ ਦਿੰਦਾ। ਮੀਤ ਰਿਖਾ ਹੋ ਗਿਆ ਸੀ। ਦਾਦੇ ਦੀਆਂ ਹੱਡੀਆਂ ਵੀ ਪਟਾਲੇ ਰਹਿ ਗਈਆਂ ਸਨ। ਕਬਰਿਸਤਾਨ ਦਾ ਫੇਰਾ ਵੀ ਮਾਰ ਲਵਾਂਗਾ। ਦਾਦਾ ਮੇਰਾ ਬਹੁਤ ਸੌਖਾ ਸੀ ਪਰ 1928 ਲਾਗੇ ਕਤਲ ਹੋ ਗਿਆ ਉਹ ਪਟਵਾਰੀ ਹੋਵੇ ਤੇ ਸਾਡਾ ਪਿੰਡ ਸੀ ਕਿਲਾ ਦੇਸਾ ਸਿੰਘ ਜਿਹੜਾ ਬਟਾਲੇ ਤੋਂ 12 13 ਮੀਲ ਸੀ ਸਾਡੇ ਮਰੱਬੇ ਸਨ ਪਰ ਜਿਹੜੇ ਸੁਵਕਤੇ ਸੁਵਕਤੇ ਦਾਦੇ ਦੀ ਲਾਸ਼ ਬਟਾਲੇ ਘਰ ਛੱਡ ਤੁਰ ਗਏ ਸਨ ਇਹ ਵੀ ਆ ਗਏ ਸਨ ਮੁੜ ਕੋਈ ਪਿੰਡ ਨਾ ਵੜੇ ਸਾਨੂੰ ਪਿੰਡ ਸਾਨੂੰ ਵੰਡ ਪਿਛੋਂ ਨਿਹਰਾ 10 ਮਰਲੇ ਦਾ ਮਕਾਨ ਕ੍ਰਿਸ਼ਨ ਨਗਰ ਮਿਲਿਆ ਸੀ ਜਿਸ ਚਾਰ ਮਰਲੇ ਮਾਂ ਦੇ ਤੇ 6 ਦਾਦੀ ਦੇ ਸਨ ਤੇ ਤਾਇਆ ਸਭ ਤੋਂ ਸੌਖਾ ਸੀ ਉਸ ਚੰਗਾ ਵੱਡਾ ਘਰ ਕ੍ਰਿਸ਼ਨਨਗਰ ਲਿਆ ਸੀ ਪਰ ਮੁੜ ਛੇਤੀ ਉਹ ਵੇਚ ਕੇ ਗੁਲਬਰਗ 2 ਕਨਾਲ ਦੀ ਖੁੱਠੀ ਪਾ ਲਈ ਧੰਨਵਾਦ ਚਲਦਾ